ਸਾਡੇ ਘਰਾਂ ਵਿੱਚ ਮੁੰਡਿਆਂ ਦਾ ਮਸਲਾ ਕੋਈ ਵੀ ਹੋਵੇ, ਸਾਡੇ ਕੋਲ ਹੱਲ ਇੱਕੋ ਹੀ ਹੁੰਦਾ, ਮੁੰਡਾ ਇਮਤਿਹਾਨ 'ਚ ਫੇਲ ਹੋ ਗਿਆ, ਵਿਆਹ ਕਰਵਾ ਦਿਓ। ਮੁੰਡੇ ਨੂੰ ਨੌਕਰੀ ਨਹੀਂ ਮਿਲਦੀ, ਵਿਆਹ ਕਰਾ ਦਿਓ। ਹੁਣ ਮੁੰਡਾ ਛੋਟਾ ਮੋਟਾ ਨਸ਼ਾ ਕਰਨ ਲੱਗ ਪਿਆ, ਸਾਰਾ ਦਿਨ ਬਾਥਰੂਮੋਂ ਨਹੀਂ ਨਿਕਲਦਾ, ਬਸ ਵਿਆਹ ਕਰਾ ਦਿਓ ਤਾਂ ਠੀਕ ਹੋ ਜਾਏਗਾ। ਪਤਾ ਨਹੀਂ ਕਿਹੜੇ ਹਕੀਮ ਨੇ ਸਾਨੂੰ ਦੱਸਿਆ ਵੀ ਦੁਨੀਆਂ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਵਿਆਹ ਹੈ। ਤੁਹਾਡੇ ਮਾਂ ਪਿਓ ਨੇ ਵੀ ਕੀਤਾ ਹੋਣਾ, ਉਹਨਾਂ ਨੂੰ ਕਦੀ ਇਕੱਲੇ ਇਕੱਲੇ ਪਾ ਕੇ ਪੁੱਛ ਲੈਣਾ ਵੀ ਕੀ ਖੱਟਿਆ ਅਤੇ ਕੀ ਵੱਟਿਆ। ਇਸੇ ਤਰ੍ਹਾਂ ਵਿਆਹ ਦੇ ਬਾਰੇ 'ਚ ਗੱਲ ਉਹ ਸਾਡੀ ਕੁੜੀ ਮਲਾਲਾ ਕਰ ਬੈਠੀ, ਜਿਹਨੂੰ ਉਰਦੂ 'ਚ ਆਉਂਦੇ ਨੇ ਇਹ ਲੜਕੀ ਵਾਕਈ ਕਿਸੇ ਤਾਰੁਫ ਦੀ ਮੁਤਾਜ ਨਹੀਂ ਹੈ। ਜਦੋਂ ਛੋਟੀ ਸੀ ਇਹਦੇ ਸ਼ਹਿਰ ਤਾਲਿਬਾਨ ਆਏ, ਉਹਨਾਂ ਨੇ ਕਿਹਾ ਕੁੜੀਆਂ ਦੇ ਸਕੂਲ ਬੰਦ, ਕੁੜੀਆਂ ਨਹੀਂ ਪੜ੍ਹਨਗੀਆਂ। ਮਲਾਲਾ ਨੇ ਕਿਹਾ ਮੈਂ ਤਾਂ ਪੜ੍ਹਾਂਗੀ ਵੀ ਅਤੇ ਸਕੂਲ ਵੀ ਜਾਵਾਂਗੀ। ਤਾਲਿਬਾਨ ਨੇ ਸਕੂਲ ਦੀ ਵੈਨ ਰੋਕ ਕੇ ਨਾ ਪੁੱਛ ਕੇ ਸਿਰ ਅਤੇ ਮੂੰਹ 'ਤੇ ਗੋਲੀਆਂ ਮਾਰੀਆਂ। ਬਚਾਉਣ ਵਾਲਾ ਮਾਰਨ ਵਾਲੇ ਤੋਂ ਵੱਡਾ ਹੁੰਦਾ, ਅਤੇ ਕੁੜੀ ਬਚ ਵੀ ਗਈ ਅਤੇ ਨਾਲ ਪੜਾਕੂ ਦੀ ਪੜਾਕੂ ਰਹੀ। ਅਤੇ ਉਹਦੇ ਨਾਲ ਨਾਲ ਪੂਰੀ ਦੁਨੀਆ ਵਿੱਚ ਗਰੀਬ ਲਾਵਾਰਸ ਕੁੜੀਆਂ ਦੀ ਤਲੀਮ ਲਈ ਇੰਨਾ ਕੁ ਚੰਦਾ ਜਮ੍ਹਾਂ ਕਰ ਚੜਿਆ ਜਿੰਨਾ ਸਾਡੇ ਵੱਡੇ ਵੱਡੇ ਸੇਠਾਂ ਮਾਨੀਆਂ ਅਤੇ ਮਲਕ ਰਿਆਜ਼ਾਂ ਨੇ ਕਦੀ ਸਾਰੀ ਜ਼ਿੰਦਗੀ ਨਹੀਂ ਦਿੱਤਾ ਹੋਣਾ। ਹੁਣ ਮਲਾਲਾ ਨੇ ਕਿਸੇ ਫੈਸ਼ਨ ਮੈਗਜ਼ੀਨ ਨੂੰ ਇੰਟਰਵਿਊ ਦਿੱਤਾ, ਉਹ ਇੰਟਰਵਿਊ ਲੈਣ ਵਾਲੇ ਵੀ ਸਾਡੇ ਭੈਣ ਭਰਾ ਹੀ ਹੋਣਗੇ। ਉਹਨਾਂ ਨੇ ਵੀ ਪੁੱਛਿਆ ਵੀ ਵਿਆਹ ਦੀ ਸੁਣਾਓ। ਮਲਾਲਾ ਨੇ ਜਵਾਬ ਦਿੱਤਾ ਵੀ ਮੈਨੂੰ ਤਾਂ ਸਮਝ ਹੀ ਨਹੀਂ ਆਉਂਦੀ ਵੀ ਇਹ ਵਿਆਹ ਐਡਾ ਜ਼ਰੂਰੀ ਹੈ ਕਿਉਂ, ਜੇ ਕੋਈ ਪਸੰਦ ਹੈ ਤਾਂ ਉਹਦੇ ਨਾਲ ਰਹਿ ਲਓ। ਹੁਣ ਸਾਡੀ ਪੂਰੀ ਕੌਮ ਕਹਿਰ ਦੀ ਗਰਮੀ ਅਤੇ ਕਰੋਨਾ ਸ਼ਰੋਨਾ ਭੁੱਲ ਕੇ ਮਲਾਲਾ ਦੇ ਪਿੱਛੇ ਪੈ ਗਈ ਵੀ ਵੇਖੋ ਇਹ ਕੁੜੀ ਆਉਂਦੀ ਕੀ ਪਈ ਹੈ। ਸਾਡਾ ਮਜ਼ਹਬ, ਸਾਡਾ ਮੁਆਸ਼ਰਾ, ਹਮਾਰਾ ਫੈਮਿਲੀ ਸਿਸਟਮ, ਮੀਆਂ ਬੀਵੀ ਕਾ ਮੁਕੱਦਸ ਰਿਸ਼ਤਾ, ਇਹ ਸਾਰਾ ਕੁਛ ਸਾੜ ਕੇ ਸਵਾਹ ਕਰ ਦੇਗੀ। ਇੱਕ ਪਿੱਟ ਸਿਆਪਾ ਪੈ ਗਿਆ। ਕੁਛ ਵਿਚਾਰਿਆਂ ਨੂੰ ਤਾਂ ਇੰਝ ਜਾਪਿਆ ਜਿਵੇਂ ਕੁੜੀ ਆਪ ਆ ਕੇ ਉਹਨਾਂ ਨੂੰ ਜ਼ਨਾਹ ਦੀ ਤਬਲੀਗ ਪਈ ਕਰਦੀ ਹੋਵੇ। ਜ਼ਿਆਦਾਤਰ ਇਤਰਾਜ਼ ਕਰਨ ਵਾਲੇ ਮੇਰੇ ਵਰਗੇ ਸ਼ਾਦੀਸ਼ੁਦਾ ਅੰਕਲ ਸਨ, ਜਿਹੜੇ ਕਦੀ ਆਪ ਇਕੱਠੇ ਰਲ ਕੇ ਬਹਿ ਜਾਣ, ਉਹਨਾਂ ਕੋਲ ਆਪਣੀ ਬੀਵੀਆਂ ਦੀ ਬਦਖੋਈ ਤੋਂ ਇਲਾਵਾ ਹੋਰ ਕੋਈ ਦੂਸਰੀ ਗੱਲ ਨਹੀਂ ਹੁੰਦੀ। ਲੇਕਿਨ ਨਾਲ ਨਾਲ ਸਾਡੇ ਉਹਨਾਂ ਜਵਾਨਾਂ ਦਾ ਵੀ ਖੂਨ ਜੋਸ਼ ਮਾਰਿਆ ਜਿਨ੍ਹਾਂ ਦਾ ਜ਼ਿੰਦਗੀ 'ਚ ਸਭ ਤੋਂ ਵੱਡਾ ਕਾਰਨਾਮਾ ਇਹ ਹੁੰਦਾ ਵੀ ਇੱਕ ਦਫ਼ਾ ਉਹਨਾਂ ਨੇ ਪਿਓ ਨੂੰ ਕਨਵਿੰਸ ਕਰ ਲਿਆ ਸੀ ਵੀ ਸਾਨੂੰ ਸਮਾਰਟਫੋਨ ਲੈ ਲਏ। ਇਹਨਾਂ ਮੁੰਡਿਆਂ ਨੇ 13 ਸਾਲ ਦੀ ਉਮਰ ਤੋਂ ਫੁੱਫੀ ਦੀ ਧੀ 'ਤੇ ਨਜ਼ਰ ਰੱਖੀ ਹੁੰਦੀ ਹੈ ਅਤੇ ਜ਼ਿੰਦਗੀ ਦਾ ਅਜ਼ੀਮ ਮਿਸ਼ਨ ਇਹ ਹੁੰਦਾ ਵੀ ਥੋੜ੍ਹੀ ਵੱਡੀ ਹੋ ਜਾਏ ਅਤੇ ਇਹਦੇ ਨਾਲ ਫਿਰ ਵਿਆਹ ਕਰਾਂਗੇ। ਹੁਣ ਫੁੱਫੀ ਦੀ ਧੀ ਭਾਵੇਂ ਵੱਡੀ ਹੋ ਕੇ ਮਰੀਕ 'ਤੇ ਜਾਣਾ ਚਾਹੇ, ਲੇਕਿਨ ਅਸੀਂ ਉਹਨੂੰ ਡੋਲੀ ਵਾ ਕੇ ਛੱਡਣਾ। ਵਿਆਹ ਦੇ ਇੰਤਜ਼ਾਰ ਵਿੱਚ ਬੈਠੇ ਹੁਣ ਵਿਹਲੇ ਬੈਠੇ ਸੈਲਫੀਆਂ ਖਿੱਚਦੇ ਨੇ ਅਤੇ ਸੋਸ਼ਲ ਮੀਡੀਆ 'ਤੇ ਜਿੱਥੇ ਕੁੜੀ ਨਜ਼ਰ ਆਵੇ ਉਹਨੂੰ ਲਾਈਕਾਂ ਅਤੇ ਫਰੈਂਡ ਰਿਕੁਐਸਟਾਂ ਭੇਜਦੇ ਰਹਿੰਦੇ ਨੇ। ਅਕਸਰ ਜਵਾਬ ਨਹੀਂ ਆਉਂਦਾ ਅਤੇ ਜਦੋਂ ਜਵਾਬ ਨਹੀਂ ਆਉਂਦਾ ਤਾਂ ਆਉਂਦੇ ਨੇ ਕਿਸੇ ਕਾਫਰ ਦੀ ਔਲਾਦ। ਇਸੇ ਤਰ੍ਹਾਂ ਇਹਨਾਂ ਨੂੰ ਮਲਾਲਾ ਕਿਤੇ ਵੀ ਨਜ਼ਰ ਆ ਜਾਵੇ ਤਾਂ ਸਾਰੇ ਰੌਲਾ ਪਾ ਦਿੰਦੇ ਨੇ ਕਿ ਵਟ ਸ਼ੀ ਡਨ ਫਾਰ ਦਾ ਕੰਟਰੀ, ਵਟ ਸ਼ੀ ਡਨ ਫਾਰ ਉਮਾ। ਇਹਨਾਂ ਮੁੰਡਿਆਂ ਨੂੰ ਇਹ ਵੀ ਪੱਕਾ ਯਕੀਨ ਹੈ ਵੀ ਜੇ ਕਿਸੇ ਕੁੜੀ ਨੇ ਉਹਨਾਂ ਦੇ ਨਾਲ ਵਿਆਹ ਨਾ ਕੀਤਾ ਤਾਂ ਉਹ ਸਨੀ ਲਿਓਨ ਜਾਂ ਮੀਆਂ ਖਲੀਫਾ ਬਣੇਗੀ। ਹੁਣ ਮਾਂ ਪਿਓ ਵਿਚਾਰੇ ਇਹ ਵੀ ਨਹੀਂ ਪੁੱਛ ਸਕਦੇ ਵੀ ਇਹ ਦੋਵੇਂ ਤਾਂ ਤੇਰੀਆਂ ਫੁੱਫੀ ਦੀਆਂ ਧੀਆਂ ਨਹੀਂ, ਤੂੰ ਇਹਨਾਂ ਨੂੰ ਕਿੱਥੇ ਮਿਲਦਾ ਰਿਹਾ। ਮੁੰਡਿਓ ਮੈਂ ਤੁਹਾਡੀ ਪੀੜ ਸਮਝਣਾ, ਲੇਕਿਨ ਤੁਸੀਂ ਵੀ ਅਕਲ ਨੂੰ ਹੱਥ ਮਾਰੋ। ਸੈਲਫੀਆਂ ਖਿੱਚਣਾ ਛੱਡ ਕੇ 2-4 ਸਰਚਾਂ ਮਾਰੋਗੇ ਤਾਂ ਪਤਾ ਲੱਗ ਜਾਏਗਾ ਕਿ ਮਲਾਲਾ ਅਸਲ ਵਿੱਚ ਚਾਹੁੰਦੀ ਕੀ ਹੈ। ਉਹਨੇ ਕੰਮ ਤਾਂ ਜ਼ਿਆਦਾਤਰ ਕੁੜੀਆਂ ਦੀ ਤਲੀਮ ਲਈ ਕੀਤਾ, ਲੇਕਿਨ ਮੁੰਡਿਆਂ ਲਈ ਵੀ ਉਹਦਾ ਸਿੱਧਾ ਸਿੱਧਾ ਮੈਸੇਜ ਹੈ, ਜ਼ਿਆਦਾ ਪਰਸਨਲ ਨਹੀਂ ਲਾਓ। ਲੇਕਿਨ ਗੱਲ ਉਹਨੇ ਸਾਫ਼ ਕੀਤੀ ਹੈ, ਇਹ ਗੱਲ ਮੈਂ ਕਿਤੇ ਸਕੂਲ ਦੇ ਬਾਹਰ ਵੀ ਲਿਖੀ ਪੜ੍ਹੀ ਸੀ। ਗੱਲ ਇਹ ਹੈ ਕਿ ਜੀਣਾ ਹੋਗਾ ਮਰਨਾ ਹੋਗਾ, ਪੱਪੂ ਤੁਝੇ ਪੜ੍ਹਨਾ ਹੋਗਾ। ਅਤੇ ਮਲਾਲਾ ਦੇ ਵਿਆਹ ਦੀ ਫਿਕਰ ਛੱਡੋ, ਜੇ ਤੁਹਾਡੀ ਫੁੱਫੀ ਦੀ ਧੀ ਤੁਹਾਡੇ ਨਸੀਬ ਹੈ ਤਾਂ ਮਿਲ ਜਾ ਸੀ। ਹੁਣ ਇਮਤਿਹਾਨ ਸਿਰ 'ਤੇ ਹੈ, ਕੁੜੀਆਂ ਨੂੰ ਸੈਲਫੀਆਂ ਭੇਜਣਾ ਬੰਦ ਕਰੋ, ਕਿਤਾਬਾਂ ਖੋਲ੍ਹੋ, ਤਿਆਰੀ ਕਰੋ, ਅੱਲਾ ਖੈਰ ਕਰੇਗਾ। ਬਾਕੀ ਰਹੀ ਮਲਾਲਾ, ਜੇ ਉਹਨੇ ਤਾਲਿਬਾਨ ਦੀ ਨਹੀਂ ਸੁਣੀ ਤਾਂ ਤੁਹਾਡੀ ਕਿਉਂ ਸੁਣੇ? ਰੱਬ ਰੱਖ।